ਅਜੇ ਤਾਂ ਭਾਜੀ ਕੁਛ ਪਤਾ ਨਹੀਂ ਆਪਾਂ ਤਾਂ ਕੰਮ ਕਰਦੇ ਸੀ ਨਾ ਜਿੱਦਾਂ ਹੀ ਆਵਾਜ਼ ਬੜੀ ਜ਼ੋਰ ਕੇ ਆਈ ਆ ਅਤੇ ਆਟੋ ਅਤੇ ਗੱਡੀ ਸਾਡੇ ਢਾਬੇ ਦੇ ਵਿੱਚ ਆ ਕੇ ਵੱਜੀ ਬੜੀ ਜ਼ੋਰ ਕੇ ਹੈ ਨਾ ਅਤੇ ਮਾੜਾ ਹੀ ਟਾਈਮ ਸੀਗਾ ਬਹੁਤ ਜ਼ਿਆਦਾ ਅਤੇ ਜੋ ਦੇਖਿਆ ਉਹ ਆਟੋ ਵਾਲੇ ਸਾਡੇ ਚਾਚਾ ਜੀ ਸੀਗੇ ਜਿਹੜੇ ਪ੍ਰਧਾਨ ਆ ਉਸ ਕਮੇਟੀ ਦੇ 80-90 ਟੈਂਪੂ ਜਿੰਨੇ ਚੱਲਦੇ ਨਾ ਉਹਨਾਂ ਦੇ ਪ੍ਰਧਾਨ ਆ ਭਾਜੀ ਅਤੇ ਪਤਾ ਹੀ ਨਹੀਂ ਲੱਗਾ ਜਦੋਂ ਆਪਾਂ ਅਚਾਨਕ ਹੀ ਰਸ਼ ਪੈ ਗਿਆ ਜਦੋਂ ਦੇਖਿਆ ਸਾਡੇ ਚਾਚਾ ਜੀ ਸੀਗੇ ਫਿਰ ਮੈਂ ਬਾਕੀਆਂ ਨੂੰ ਵੀ ਭਾਈ ਰੈਸਕਿਊ ਕੀਤਾ ਅਤੇ ਮੇਰੇ ਨਾਲ 2-3 ਮੁੰਡੇ ਸੀਗੇ ਹੈ ਨਾ ਕੋਈ ਹੱਥ ਵੀ ਨਹੀਂ ਪਾਉਂਦਾ ਸੀ ਡਰਦਾ ਮਾਰਾ ਕਿਉਂਕਿ ਜਿੰਨੀ ਵਾਰੀ ਵੀ ਕੋਈ ਨਾ ਕੋਈ ਹੈਲਪ ਕਰਦਾ ਭਾਜੀ ਠੀਕ ਹੈ ਜੀ ਕੋਈ ਜਾਂ ਤਾਂ ਕੋਈ ਨਾ ਕਾਰਵਾਈ ਕਰ ਦਿੰਦੇ ਜਾਂ ਕੁਛ ਕਰ ਦਿੰਦੇ ਠੀਕ ਹੈ ਭਾਈ ਆਟੋ ਦੇ ਵਿੱਚ ਭਾਜੀ ਜਿਹੜੇ ਮੈਂ ਰੈਸਕਿਊ ਕੀਤੇ 4 ਬੰਦੇ ਸੀਗੇ ਸਵਾਰੀਆਂ ਸੀਗੀਆਂ ਭਾਜੀ ਚਾਚਾ ਰਕੇਸ਼ ਕੁਮਾਰ ਜੀ ਇਹ ਜੀ ਆਦਮਬਾਦ ਝੁਆਲ ਨੂੰ ਜਾ ਰਹੇ ਸੀਗੇ ਬੱਸ ਅੱਡੇ ਤੋਂ ਠੀਕ ਹੈ ਜੀ ਬੰਜਰ ਵਾ ਗਈ ਐਕਸੀਡੈਂਟ ਹੋ ਗਿਆ ਅਤੇ ਭਾਈ ਗੱਲ ਇਹ ਆ ਨਾ ਕਿ ਜਿੱਦਾਂ ਤਾਂ ਇੱਕ ਮੁੰਡੇ ਦੀ ਭਾਈ ਸੱਟ ਲੱਤ ਟੁੱਟ ਚੁੱਕੀ ਆ ਉਹ ਤਾਂ ਮੈਂ ਆਪ ਬੋਨ ਉਹਦੀ ਬਾਹਰ ਦੇਖੀ ਭਾਜੀ ਮੈਂ ਆਪ ਚੱਕੀ ਆ ਬੰਨੀ ਠੀਕ ਹੈ ਜੀ ਉਹ ਤੋਂ ਬਾਅਦ ਜਿਹੜੇ ਚਾਚਾ ਜੀ ਉਹਦੇ ਗੋਡੇ ਦੇ ਉੱਪਰ ਤੇ ਇੱਥੇ ਰੋਡ ਆ ਸਿਰ 'ਚ ਵੀ ਮਾੜੀ ਮੋਟੀ ਲੱਗੀ ਠੀਕ ਹੈ ਜੀ ਠੀਕ ਹੈ ਗੋਡੇ ਦਾ ਟਾਂਕੇ ਨੂੰ ਕੇ ਲਾਏ ਪਏ ਆ ਠੀਕ ਹੈ ਅਤੇ ਇੱਕ ਕੁੜੀ ਆ ਭਾਜੀ ਦੋਨੇ ਉਹਦੇ ਲੱਤਾਂ ਨੂੰ ਮਹਿਸੂਸ ਨਹੀਂ ਹੁੰਦਾ ਪਿਆ ਕੁਛ ਵੀ ਇਸ ਟਾਈਮ ਤਾਂ ਭਾਜੀ 4 ਤਾਂ ਅੰਦਰ ਵਾ 1-2-3 ਇੱਧਰ ਆ ਜੀ 5-6 ਜਣੇ ਹੈਗੇ ਭਾਜੀ ਨਹੀਂ ਹਾਂਜੀ ਆਟੋ 'ਚ ਗੱਡੀ ਵਾਲਾ ਤਾਂ ਭਾਈ ਇੱਥੇ 2 ਜਣੇ ਬੈਠੇ ਪਿਆ ਠੀਕ ਹੈ ਜੀ ਐਂਬੂਲੈਂਸ ਨਹੀਂ ਪਹੁੰਚੀ ਭਾਜੀ ਐਂਬੂਲੈਂਸ ਜਦੋਂ ਆਪਾਂ ਇੱਥੇ ਪਹੁੰਚੇ ਉਸ ਤੋਂ ਬਾਅਦ ਐਂਬੂਲੈਂਸ ਤੁਰੰਤ ਲੱਗੀ ਸੀ ਗੇਟ ਤੋਂ ਆਪਣੀ ਗੱਡੀ ਪਰਸਨਲ 'ਚ ਲੈ ਗਏ ਭਾਜੀ ਪਤਾ ਲੱਗਿਆ ਸੀ ਪਹਿਲਾਂ ਮੈਂ ਮੌਕੇ 'ਤੇ ਗਿਆ ਸੀਗਾ ਮੌਕੇ ਤੋਂ ਇੰਜਰਡ ਨੂੰ ਲਿਆ ਕੇ ਹਸਪਤਾਲ ਆਏ ਹਾਂ ਹੁਣ ਉਹਨਾਂ ਦਾ ਡਾਕਟਰ ਸਾਹਿਬ ਇਲਾਜ ਕਰ ਰਹੇ ਆ ਜੋ ਬਿਆਨ ਕੋਈ ਲਿਖਾਏਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਇਹਦੇ ਵਿੱਚ ਟੋਟਲ 9 ਜਣੇ ਜ਼ਖਮੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਲੜਕਾ ਵਾ 14 ਕੁ ਸਾਲ ਦਾ ਜਿਹਦੇ ਜ਼ਿਆਦਾ ਸੱਟ ਆ ਬਾਕੀ ਸਾਰੇ ਨਾਰਮਲ ਸੱਟਾਂ ਜੀ ਇਹ ਜੀ ਟੈਂਪੂ ਦੇ ਵਿੱਚ ਪੈਸੇਂਜਰ ਜਾ ਰਹੇ ਸੀਗੇ ਇੱਧਰੋਂ ਝਵਾਲ ਸਾਈਡ ਤੋਂ ਇੱਕ ਗੱਡੀ ਆ ਰਹੀ ਸੀਗੀ ਉਹ ਅਨਬੈਲੈਂਸ ਹੋ ਕੇ ਆਪਸ ਵਿੱਚ ਟਕਰਾ ਗਈ ਉਹਦੇ ਕਰਕੇ ਐਕਸੀਡੈਂਟ ਹੋਇਆ ਜਿਸ ਕਰਕੇ ਸਾਰੇ ਜ਼ਖਮੀ ਹੋਏ ਆਪਸ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਜੋ ਮੈਡੀਕਲ ਦੇ ਆਧਾਰ ਤੇ ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਲਿਆਂਦੀ ਜਾਏਗੀ ਤੇ ਬਾਕੀ ਇਹ ਹੈ ਵੀ ਉਹ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਸੀਗੇ ਜਿਹੜੇ ਉਧਰਲੇ ਕਾਰ ਵਾਲੇ ਸੀਗੇ ਜੀ ਠੀਕ ਹੈ ਜੀ ਅਜੇ ਤਾਂ ਭਾਈ ਕੁਝ ਪਤਾ ਨਹੀਂ ਆਪਾਂ ਤਾਂ ਕੰਮ ਕਰਦੇ ਸੀ ਨਾ ਜਿੱਦਾਂ ਆਵਾਜ਼ ਬੜੀ ਜ਼ੋਰ ਕੇ ਆਈ ਆ ਤੇ ਆਟੋ ਤੇ ਗੱਡੀ ਸਾਡੇ ਢਾਬੇ ਦੇ ਵਿੱਚ ਆ ਕੇ ਵੱਜੀ ਬੜੀ ਜ਼ੋਰ ਕੇ ਹਨਾ ਤੇ ਮਾੜਾ ਹੀ ਟਾਈਮ ਸੀਗਾ ਬਹੁਤ ਜ਼ਿਆਦਾ ਅਤੇ ਜੋ ਦੇਖਿਆ ਉਹ ਆਟੋ ਵਾਲੇ ਸਾਡੇ ਚਾਚਾ ਜੀ ਸੀਗੇ ਜਿਹੜੇ ਪ੍ਰਧਾਨ ਆ ਉਸ ਕਮੇਟੀ ਦੇ 80-90 ਟੈਂਪੂ ਜਿੰਨੇ ਚੱਲਦੇ ਨਾ ਉਹਨਾਂ ਦੇ ਪ੍ਰਧਾਨ ਆ ਭਾਜੀ ਅਤੇ ਪਤਾ ਹੀ ਨਹੀਂ ਲੱਗਾ ਜਦੋਂ ਆਪਾਂ ਅਚਾਨਕ ਹੀ ਰਸ਼ ਪੈ ਗਿਆ ਜਦੋਂ ਦੇਖਿਆ ਸਾਡੇ ਚਾਚਾ ਜੀ ਸੀਗੇ ਫਿਰ ਮੈਂ ਬਾਕੀਆਂ ਨੂੰ ਵੀ ਭਾਈ ਰੈਸਕਿਊ ਕੀਤਾ ਅਤੇ ਮੇਰੇ ਨਾਲ 2-3 ਮੁੰਡੇ ਸੀਗੇ ਹੈ ਨਾ ਕੋਈ ਹੱਥ ਵੀ ਨਹੀਂ ਪਾਉਂਦਾ ਸੀ ਡਰਦਾ ਮਾਰਾ ਕਿਉਂਕਿ ਜਿੰਨੀ ਵਾਰੀ ਵੀ ਕੋਈ ਨਾ ਕੋਈ ਹੈਲਪ ਕਰਦਾ ਭਾਜੀ ਠੀਕ ਹੈ ਜੀ ਕੋਈ ਨਾ ਜਾਂ ਤਾਂ ਕੋਈ ਨਾ ਕਾਰਵਾਈ ਕਰ ਦਿੰਦੇ ਜਾਂ ਕੁਛ ਕਰ ਦਿੰਦੇ ਠੀਕ ਹੈ ਭਾਈ ਆਟੋ ਦੇ ਵਿੱਚ ਭਾਜੀ ਜਿਹੜੇ ਮੈਂ ਰੈਸਕਿਊ ਕੀਤੇ 4 ਬੰਦੇ ਸੀਗੇ ਸਵਾਰੀਆਂ ਸੀਗੀਆਂ ਭਾਜੀ ਚਾਚਾ ਰਕੇਸ਼ ਕੁਮਾਰ ਜੀ ਇਹ ਜੀ ਆਦਮਬਾਦ ਝੁਆਲ ਨੂੰ ਜਾ ਰਹੇ ਸੀਗੇ ਬੱਸ ਅੱਡੇ ਤੋਂ ਠੀਕ ਹੈ ਜੀ ਬੰਜਰ ਵਾ ਗਈ ਐਕਸੀਡੈਂਟ ਹੋ ਗਿਆ ਅਤੇ ਭਾਈ ਗੱਲ ਇਹ ਆ ਨਾ ਕਿ ਜਿੱਦਾਂ ਤਾਂ ਇੱਕ ਮੁੰਡੇ ਦੀ ਭਾਈ ਸੱਟ ਲੱਤ ਟੁੱਟ ਚੁੱਕੀ ਆ ਉਹ ਤਾਂ ਮੈਂ ਆਪ ਬੋਨ ਉਹਦੀ ਬਾਹਰ ਦੇਖੀ ਭਾਜੀ ਮੈਂ ਆਪ ਚੱਕੀ ਆ ਬੰਨੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਚਾਚਾ ਜੀ ਉਹਦੇ ਗੋਡੇ ਦੇ ਉੱਪਰ ਤੇ ਇੱਥੇ ਰੋਡ ਆ ਸਿਰ 'ਚ ਵੀ ਮਾੜੀ ਮੋਟੀ ਲੱਗੀ ਠੀਕ ਹੈ ਜੀ ਠੀਕ ਹੈ ਗੋਡੇ ਦਾ ਟਾਂਕੇ ਨੂੰ ਕੇ ਲਾਏ ਪਏ ਆ ਠੀਕ ਹੈ ਅਤੇ ਇੱਕ ਕੁੜੀ ਆ ਭਾਜੀ ਦੋਨੇ ਉਹਦੇ ਲੱਤਾਂ ਨੂੰ ਮਹਿਸੂਸ ਨਹੀਂ ਹੁੰਦਾ ਪਿਆ ਕੁਛ ਵੀ ਇਸ ਟਾਈਮ ਤਾਂ ਭਾਜੀ 4 ਤਾਂ ਅੰਦਰ ਵਾ 1-2-3 ਇੱਧਰ ਆ ਜੀ 5-6 ਜਣੇ ਹੈਗੇ ਭਾਜੀ ਨਹੀਂ ਹਾਂਜੀ ਆਟੋ 'ਚ ਗੱਡੀ ਵਾਲਾ ਤਾਂ ਭਾਈ ਇੱਥੇ 2 ਜਣੇ ਬੈਠੇ ਪਏ ਠੀਕ ਹੈ ਐਂਬੂਲੈਂਸ ਨਹੀਂ ਪਹੁੰਚੀ ਭਾਜੀ ਐਂਬੂਲੈਂਸ ਜਦੋਂ ਆਪਾਂ ਇੱਥੇ ਪਹੁੰਚੇ ਉਸ ਤੋਂ ਬਾਅਦ ਐਂਬੂਲੈਂਸ ਤੁਰੰਤ ਲੱਗੀ ਸੀ ਗੇਟ ਤੋਂ ਆਪਣੀ ਗੱਡੀ ਪਰਸਨਲ 'ਚ ਲੈ ਗਏ ਭਾਜੀ ਪਤਾ ਲੱਗਿਆ ਸੀ ਪਹਿਲਾਂ ਮੈਂ ਮੌਕੇ 'ਤੇ ਗਿਆ ਸੀਗਾ ਮੌਕੇ ਤੋਂ ਇੰਜਰਡ ਨੂੰ ਲਿਆ ਕੇ ਹਸਪਤਾਲ ਆਏ ਹਾਂ ਹੁਣ ਉਹਨਾਂ ਦਾ ਡਾਕਟਰ ਸਾਹਿਬ ਇਲਾਜ ਕਰ ਰਹੇ ਆ ਜੋ ਬਿਆਨ ਕੋਈ ਲਿਖਾਏਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਇਹਦੇ ਵਿੱਚ ਟੋਟਲ 9 ਜਣੇ ਜ਼ਖਮੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਲੜਕਾ ਵਾ 14 ਕੁ ਸਾਲ ਦਾ ਜਿਹਦੇ ਜ਼ਿਆਦਾ ਸੱਟ ਆ ਬਾਕੀ ਸਾਰੇ ਨਾਰਮਲ ਸੱਟਾਂ ਜੀ ਇਹ ਜੀ ਟੈਂਪੂ ਦੇ ਵਿੱਚ ਪੈਸੇਂਜਰ ਜਾ ਰਹੇ ਸੀਗੇ ਇੱਧਰੋਂ ਝਵਾਲ ਸਾਈਡ ਤੋਂ ਇੱਕ ਗੱਡੀ ਆ ਰਹੀ ਸੀਗੀ ਉਹ ਅਨਬੈਲੈਂਸ ਹੋ ਕੇ ਆਪਸ ਵਿੱਚ ਟਕਰਾ ਗਈ ਉਹਦੇ ਕਰਕੇ ਐਕਸੀਡੈਂਟ ਹੋਇਆ ਜਿਸ ਕਰਕੇ ਸਾਰੇ ਜ਼ਖਮੀ ਹੋਏ ਆਪਸ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਜੋ ਮੈਡੀਕਲ ਦੇ ਆਧਾਰ ਤੇ ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਲਿਆਂਦੀ ਜਾਏਗੀ ਤੇ ਬਾਕੀ ਇਹ ਹੈ ਵੀ ਉਹ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਸੀਗੇ ਜਿਹੜੇ ਉਧਰਲੇ ਕਾਰ ਵਾਲੇ ਸੀਗੇ ਠੀਕ ਹੈ ਜੀ।